ਦੱਸੋ ਕੈਮਰੇ ਤੇ 12 ਮੈਂਬਰ ਜਿਹੜੇ ਸੀ ਉਹਨਾਂ ਦੇ ਮੀਟਿੰਗ 'ਚ ਆਏ ਨੇ ਔਰ ਉਹਨਾਂ ਦੇ ਨਾਲ ਬੜੀ ਖੁੱਲ੍ਹ ਕੇ ਜਿਹੜੀ ਪੰਜਾਬ ਦੇ ਕੇਨ ਗਰੋਵਰਸ ਬਾਰੇ ਜਾਂ ਕੇਨ ਪ੍ਰਾਈਸ ਬਾਰੇ ਮੀਟਿੰਗ ਕੀਤੀ ਗਈ ਹੈ। ਵੱਖ ਵੱਖ ਪਹਿਲੂਆਂ 'ਤੇ ਕੀਤੀ, ਪੇਮੈਂਟ 'ਤੇ ਕੀਤੀ। ਪੇਮੈਂਟ ਤੋਂ ਬਾਅਦ ਪੋਰਟਲ ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜੀ ਉਹ ਜਿਹੜਾ ਉਹਨੇ ਐਗਰੀਕਲਚਰ ਗਵਰਨਮੈਂਟ ਆਫ ਇੰਡੀਆ ਨੇ ਕੀਤੀ ਆ ਉਹਦੇ ਬਾਰੇ ਗੱਲ ਹੋਈ ਆ ਅਤੇ ਨਾਲ ਹੀ ਜਿਹੜੀ ਐਗਰੀਕਲਚਰ ਡਿਪਾਰਟਮੈਂਟ ਦੀ ਔਰ ਐਗਰੀਕਲਚਰ ਯੂਨੀਵਰਸਿਟੀ ਦੀ ਨਾਲ ਹੀ ਕਿਸਾਨ ਯੂਨੀਅਨਸ ਦੀ ਜਿਹੜੀ ਉਹਨਾਂ ਨੇ ਪ੍ਰਾਈਸ ਕੰਪੈਰੀਜ਼ਨ ਕਰਨਾ ਉਹਦੇ ਬਾਰੇ ਕਿਹਾ ਕਿ ਪਹਿਲਾਂ ਕੀਤਾ ਨਹੀਂ ਗਿਆ ਅਤੇ ਉਹਨਾਂ ਨੂੰ ਕਿਹਾ ਕਿ ਹਰ ਰੋਜ਼ ਇਹ ਚੀਜ਼ਾਂ 'ਤੇ ਪੈਣ ਦੀ ਬਜਾਏ ਇੱਕ ਵਾਰੀ ਇੱਕ ਮੀਟਿੰਗ ਹੋਰ ਕਰ ਲਈ ਜਾਏ। ਕੱਲ੍ਹ 3:30 ਵਜੇ ਸਾਡੇ ਆਫਿਸਰ ਔਰ ਕਿਸਾਨ ਯੂਨੀਅਨ ਦੇ ਜਿਹੜੇ ਨੁਮਾਇੰਦੇ ਨੇ ਉਹ ਬੈਠ ਕੇ ਐਗਰੀਕਲਚਰ ਯੂਨੀਵਰਸਿਟੀ ਔਰ ਪੰਜਾਬ ਐਗਰੀਕਲਚਰ ਡਿਪਾਰਟਮੈਂਟ ਦੇ ਜਿਹੜੇ ਆਫਿਸਰ ਨੇ ਉਹਨਾਂ ਦੇ ਨਾਲ ਬੈਠ ਕੇ ਪੂਰੀ ਕੈਲਕੂਲੇਸ਼ਨ ਕਰਕੇ ਉਹਦੇ ਬਾਅਦ ਪਰਸੋਂ ਫਿਰ ਦੁਬਾਰਾ ਮੀਟਿੰਗ ਕੀਤੀ ਜਾਏਗੀ। ਦੱਸੋ ਕੈਮਰੇ ਤੇ 12 ਮੈਂਬਰ ਜਿਹੜੇ ਸੀ ਉਹਨਾਂ ਦੇ ਮੀਟਿੰਗ 'ਚ ਆਏ ਨੇ ਔਰ ਉਹਨਾਂ ਦੇ ਨਾਲ ਬੜੀ ਖੁੱਲ੍ਹ ਕੇ ਜਿਹੜੀ ਪੰਜਾਬ ਦੇ ਕੇਨ ਗਰੋਵਰਸ ਬਾਰੇ ਜਾਂ ਕੇਨ ਪ੍ਰਾਈਸ ਬਾਰੇ ਮੀਟਿੰਗ ਕੀਤੀ ਗਈ ਹੈ। ਵੱਖ ਵੱਖ ਪਹਿਲੂਆਂ 'ਤੇ ਕੀਤੀ, ਪੇਮੈਂਟ 'ਤੇ ਕੀਤੀ। ਪੇਮੈਂਟ ਤੋਂ ਬਾਅਦ ਪੋਰਟਲ ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜੀ ਉਹ ਜਿਹੜਾ ਉਹਨੇ ਐਗਰੀਕਲਚਰ ਗਵਰਨਮੈਂਟ ਆਫ ਇੰਡੀਆ ਨੇ ਕੀਤੀ ਆ ਉਹਦੇ ਬਾਰੇ ਗੱਲ ਹੋਈ ਆ ਅਤੇ ਨਾਲ ਹੀ ਜਿਹੜੀ ਐਗਰੀਕਲਚਰ ਡਿਪਾਰਟਮੈਂਟ ਦੀ ਔਰ ਐਗਰੀਕਲਚਰ ਯੂਨੀਵਰਸਿਟੀ ਦੀ ਨਾਲ ਹੀ ਕਿਸਾਨ ਯੂਨੀਅਨਸ ਦੀ ਜਿਹੜੀ ਉਹਨਾਂ ਨੇ ਪ੍ਰਾਈਸ ਕੰਪੈਰੀਜ਼ਨ ਕਰਨਾ ਉਹਦੇ ਬਾਰੇ ਕਿਹਾ ਕਿ ਪਹਿਲਾਂ ਕੀਤਾ ਨਹੀਂ ਗਿਆ ਅਤੇ ਉਹਨਾਂ ਨੂੰ ਕਿਹਾ ਕਿ ਹਰ ਰੋਜ਼ ਇਹ ਚੀਜ਼ਾਂ 'ਤੇ ਪੈਣ ਦੀ ਬਜਾਏ ਇੱਕ ਵਾਰੀ ਇੱਕ ਮੀਟਿੰਗ ਹੋਰ ਕਰ ਲਈ ਜਾਏ। ਕੱਲ੍ਹ 3:30 ਵਜੇ ਸਾਡੇ ਆਫਿਸਰ ਔਰ ਕਿਸਾਨ ਯੂਨੀਅਨ ਦੇ ਜਿਹੜੇ ਨੁਮਾਇੰਦੇ ਨੇ ਉਹ ਬੈਠ ਕੇ ਐਗਰੀਕਲਚਰ ਯੂਨੀਵਰਸਿਟੀ ਔਰ ਪੰਜਾਬ ਐਗਰੀਕਲਚਰ ਡਿਪਾਰਟਮੈਂਟ ਦੇ ਜਿਹੜੇ ਆਫਿਸਰ ਨੇ ਉਹਨਾਂ ਦੇ ਨਾਲ ਬੈਠ ਕੇ ਪੂਰੀ ਕੈਲਕੂਲੇਸ਼ਨ ਕਰਕੇ ਉਹਦੇ ਬਾਅਦ ਪਰਸੋਂ ਫਿਰ ਦੁਬਾਰਾ ਮੀਟਿੰਗ ਕੀਤੀ ਜਾਏਗੀ। ਦੱਸੋ ਕੈਮਰੇ ਤੇ 12 ਮੈਂਬਰ ਜਿਹੜੇ ਸੀ ਉਹਨਾਂ ਦੇ ਮੀਟਿੰਗ 'ਚ ਆਏ ਨੇ ਔਰ ਉਹਨਾਂ ਦੇ ਨਾਲ ਬੜੀ ਖੁੱਲ੍ਹ ਕੇ ਜਿਹੜੀ ਪੰਜਾਬ ਦੇ ਕੇਨ ਗਰੋਵਰਸ ਬਾਰੇ ਜਾਂ ਕੇਨ ਪ੍ਰਾਈਸ ਬਾਰੇ ਮੀਟਿੰਗ ਕੀਤੀ ਗਈ ਹੈ। ਵੱਖ ਵੱਖ ਪਹਿਲੂਆਂ 'ਤੇ ਕੀਤੀ, ਪੇਮੈਂਟ 'ਤੇ ਕੀਤੀ। ਪੇਮੈਂਟ ਤੋਂ ਬਾਅਦ ਪੋਰਟਲ ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜੀ ਉਹ ਜਿਹੜਾ ਉਹਨੇ ਐਗਰੀਕਲਚਰ ਗਵਰਨਮੈਂਟ ਆਫ ਇੰਡੀਆ ਨੇ ਕੀਤੀ ਆ ਉਹਦੇ ਬਾਰੇ ਗੱਲ ਹੋਈ ਆ ਅਤੇ ਨਾਲ ਹੀ ਜਿਹੜੀ ਐਗਰੀਕਲਚਰ ਡਿਪਾਰਟਮੈਂਟ ਦੀ ਔਰ ਐਗਰੀਕਲਚਰ ਯੂਨੀਵਰਸਿਟੀ ਦੀ ਨਾਲ ਹੀ ਕਿਸਾਨ ਯੂਨੀਅਨਸ ਦੀ ਜਿਹੜੀ ਉਹਨਾਂ ਨੇ ਪ੍ਰਾਈਸ ਕੰਪੈਰੀਜ਼ਨ ਕਰਨਾ ਉਹਦੇ ਬਾਰੇ ਕਿਹਾ ਕਿ ਪਹਿਲਾਂ ਕੀਤਾ ਨਹੀਂ ਗਿਆ ਅਤੇ ਉਹਨਾਂ ਨੂੰ ਕਿਹਾ ਕਿ ਹਰ ਰੋਜ਼ ਇਹ ਚੀਜ਼ਾਂ 'ਤੇ ਪੈਣ ਦੀ ਬਜਾਏ ਇੱਕ ਵਾਰੀ ਇੱਕ ਮੀਟਿੰਗ ਹੋਰ ਕਰ ਲਈ ਜਾਏ। ਕੱਲ੍ਹ 3:30 ਵਜੇ ਸਾਡੇ ਆਫਿਸਰ ਔਰ ਕਿਸਾਨ ਯੂਨੀਅਨ ਦੇ ਜਿਹੜੇ ਨੁਮਾਇੰਦੇ ਨੇ ਉਹ ਬੈਠ ਕੇ ਐਗਰੀਕਲਚਰ ਯੂਨੀਵਰਸਿਟੀ ਔਰ ਪੰਜਾਬ ਐਗਰੀਕਲਚਰ ਡਿਪਾਰਟਮੈਂਟ ਦੇ ਜਿਹੜੇ ਆਫਿਸਰ ਨੇ ਉਹਨਾਂ ਦੇ ਨਾਲ ਬੈਠ ਕੇ ਪੂਰੀ ਕੈਲਕੂਲੇਸ਼ਨ ਕਰਕੇ ਉਹਦੇ ਬਾਅਦ ਪਰਸੋਂ ਫਿਰ ਦੁਬਾਰਾ ਮੀਟਿੰਗ ਕੀਤੀ ਜਾਏਗੀ।